ਕਿੱਥੇ ਚੱਲੇ ਆ? ਕਿੱਥੇ ਚੱਲੇ ਆ? ਦਿੱਲੀ। ਦਿੱਲੀ ਕੀ ਕਰਨਾ? ਕੀ ਕਰਨਾ? ਦਿੱਲੀ ਚੱਲੇ ਆ। ਤੇ ਝੰਡਾ ਕਿੱਥੇ ਆ? ਆ ਝੰਡਾ ਲੱਗਾ ਹੀ ਜੱਗੂ। ਤੇ ਰੋਟਾਵੀਟਰ ਨਾਲ ਹੀ ਲੈ ਕੇ ਜਾਣੇ ਆ ਕਿ ਜਾਂ ਹੈ? ਸੜਕਾਂ ਵਾਂ ਹੀ ਸਾਰੀਆਂ ਉੱਥੇ ਇੱਕ ਵਾਰੀ, ਸੜਕਾਂ ਵਾਂ ਹੀ ਸਾਰੀਆਂ ਦਿੱਲੀ ਜਾ ਕੇ। ਚੰਗਾ ਫਿਰ ਡਨ, ਬਾਏ ਬਾਏ ਕਰ। ਗੁੱਡ ਮੋਰਨਿੰਗ ਜੀ ਸਾਰਿਆਂ ਨੂੰ। ਦਿਨ ਅੱਜ ਹੋ ਗਿਆ 29 ਮਾਰਚ ਦਾ ਅਤੇ ਸਮਾਂ ਹੋ ਗਿਆ 4:50 ਅਤੇ ਅੱਜ ਦਿਨ ਆ ਹੋਲੇ ਦਾ ਅਤੇ ਸੋਮਵਾਰ ਆ ਅਤੇ ਛੁੱਟੀ ਸਾਨੂੰ ਸਕੂਲ ਤੋਂ ਵੀ ਅਤੇ ਅੱਜ ਅਸੀਂ ਚੱਲਾਂਗੇ ਕਿਤੇ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਅਤੇ ਮਿਲਦੇ ਹਾਂ ਸਾਰੀ ਤਿਆਰੀ 'ਚ ਵੇਖ ਲਈ। ਮੈਂ ਰਿਕਾਰਡ ਕਰ ਲਿਆ ਤੇਰੀ ਵੀਡੀਓ। ਤੂੰ ਕੱਪੜੇ ਇੱਦਾਂ ਦੇ ਭਾਈ, ਇੱਦਾਂ ਸਸਪੈਂਡ ਹੋ ਗਿਆ ਹੁਣ। ਕਿੱਡਾ ਘੈਂਟ ਵਿਊ ਬਣਦਾ ਸਵੇਰ ਦਾ। ਇੱਧਰ ਸਾਡੇ ਚਾਚਿਆਂ ਦੇ ਘਰ ਨੇ ਸਾਰੇ ਆਹ ਵਾਲੇ, ਇੱਧਰ ਸਾਡੇ ਪੁਰਾਣੇ ਘਰ ਸੀਗੇ ਉਹ ਅਸੀਂ ਹੁਣ ਛੱਡਤੇ ਆ, ਅਤੇ ਇੱਧਰ ਨਵੇਂ ਪਾ ਲਏ ਸੜਕ ਦੇ ਕੰਢੇ। ਇਹ ਬੈਠੇ ਨੇ ਸਾਡੇ ਭੌਂਦੂ ਸਰਦਾਰ ਜੀ। ਕੀ ਆ, ਤੂੰ ਜਾਣਾ ਅੱਜ ਕਿਤੇ? ਕਿੱਥੇ ਜਾਣਾ ਘੁੰਮਣਾ? ਕਿੱਥੇ ਜਾਣਾ? ਜਾਣਾ ਧਾਰੀ ਵਾਲਾ? ਤੈਨੂੰ ਤਾਂ ਨਹੀਂ ਖਾਣਾ? ਨਹੀਂ ਖਾਣਾ? ਨਹੀਂ, ਨੋ ਵੇ ਨੋ ਵੇ। ਜਦੋਂ ਅਸੀਂ ਗਏ ਸੀ ਨਾ ਉੱਥੇ ਸੁਲਤਾਨਪੁਰ ਹੈ ਨਾ, ਉਦੋਂ ਇੱਦਾਂ ਦੀ ਟੈਂਕੀ ਸੀ, ਉੱਥੇ ਚੜ੍ਹੇ ਸੀ ਅਸੀਂ। ਸੱਚੀ ਗੱਲ ਨਹੀਂ, ਉਹ ਉੱਤੇ ਤੱਕ ਨਹੀਂ, ਮਤਲਬ ਕਿ ਉਹ ਬਿਲਕੁਲ ਟੋਪ 'ਤੇ ਨਹੀਂ, ਪੌੜੀਆਂ ਸਾਰੀਆਂ ਚੜ੍ਹ ਗਏ ਹਾਂ। ਬੜੀ ਲੋਹੇ ਦੀ ਲੱਗੀ, ਉੱਤੇ ਨਹੀਂ ਚੜ੍ਹੇ, ਪਰ ਫੁਕਰੀ ਨਾ ਸਮਝੀ, ਸੱਚੀ ਚੜ੍ਹੇ। ਗੋਬਿੰਦ ਕਾ ਨਾਮ ਜਪਤ ਸੁਖ ਪਾਇ। ਕੱਲ ਵਾਲੀ ਵੀਡੀਓ ਦੇ 63 ਵਿਊ ਹੋਏ ਆ ਜੇ ਸਿਰਫ, ਅਤੇ ਅੱਜ ਵਾਲਾ ਵਲੌਗ ਜਿਹੜਾ ਆ ਉਹ ਮੈਂ ਰਿਕਾਰਡ ਕਰਨ ਲੱਗਾ ਹਾਂ 66 ਹੋਏ। ਇੱਧਰ ਚੱਲ ਰਹੀਆਂ ਨੇ ਚਾਹਵਾਂ, ਪਕੌੜਾ ਖਾਣਾ ਨਾਲ? ਤਾਂ ਖਾ ਲਾ ਉਹ ਫੜ ਲਾ, ਉਹ ਫੜ ਲਾ ਵਰਤ ਮਾਮਾ, ਸੋਮਵਾਰ ਤੇ ਰੱਖਣਾ ਪਿਆ ਵਰਤ, ਖੜ ਕਰਾ ਦਾਂਗੇ ਤੇਰਾ ਵਿਆਹ, ਕੋਈ ਨਹੀਂ ਸੋਹਣੀ ਕੁੜੀ ਨਾਲ ਕਰਾਵਾਂਗੇ, ਟੈਨਸ਼ਨ ਲੈ ਲਓ। ਉਹ ਖਾਲਾ ਕੁਛ ਨਹੀਂ ਹੁੰਦਾ, ਉਹ ਵਰਤ ਟੁੱਟ ਜਾਣੇ ਇੱਦਾਂ ਦੱਸ, ਖਾਲਾ ਆਹ ਗੱਲ ਟੁੱਟ ਗਈ ਵਰਤਣ। ਬੋਲਿਆ ਅਰਬੀ ਘੋੜੀ ਆ, ਸੱਚੀ ਘੋੜੇ ਆ, ਅਰਬੀ ਘੋੜੇ, ਅਰਬ ਵਿੱਚ ਇੱਦਾਂ ਦੇ ਘੋੜੇ ਹੁੰਦੇ ਹੈਗਾ। ਤਰਜ ਕਹਿੰਦਾ ਕੀ ਪਤਾ ਨਹੀਂ। ਅਸੀਂ ਹੋ ਗਏ ਹਾਂ ਰੈਡੀ, ਸਮਾਂ ਹੋ ਗਿਆ ਵਾ 1:52 ਦਾ, ਅਤੇ ਅਨਮੋਲ ਸਾਡੇ ਨਾਲ ਆ, ਅਸੀਂ ਚੱਲੇ ਹਾਂ ਗੁਰੂ ਸਾਹਿਬ ਦਰਸ਼ਨ ਕਰਨ ਕਿਉਂਕਿ ਅੱਜ ਹੋਲਾ ਮਹੱਲਾ, ਅਤੇ ਮੈਂ ਸੋਚਿਆ ਚਲੋ ਗੁਰੂ ਘਰ ਦਰਸ਼ਨ ਕਰਨੇ ਚਾਹੀਦੇ ਆ। ਅਤੇ ਅਸੀਂ ਜਾ ਰਹੇ ਹਾਂ ਹੁਣ ਗੁਰੂ ਸਾਹਿਬ, ਇੱਥੋਂ ਕੋਈ 10-15 ਕਿਲੋਮੀਟਰ ਦੇ ਅਰਾਊਂਡ ਹੈਗਾ ਵਾ, ਅਤੇ ਚੱਲਦੇ ਹਾਂ ਫਿਰ ਤੁਹਾਨੂੰ ਦਰਸ਼ਨ ਕਰਾਉਣੇ ਆ ਗੁਰਦੁਆਰਾ ਸਾਹਿਬ ਦੇ। ਚੱਲ ਚਲਾ, ਮੈਂ ਚਲਾਉਣਾ ਚੱਲਣਾ ਵਾ ਚੱਲਣਾ ਕਿਉਂ ਦੱਸ, ਆਓ 60,000 ਦਾ ਮੋਟਰਸਾਈਕਲ
ਉਹ ਵੈਰੀ ਗੁੱਡ ਬੈਠੋ ਤੁਸੀਂ ਉਸਤਾਦ ਜੀ ਮੈਂ ਭਲਾ ਕੀ ਕਹਿਣਾ ਮੈਂ ਇਹ ਗੱਲ ਕਹਿ ਰਿਹਾ ਹਾਂ ਕਿ ਸਾਨੂੰ ਸਮੋਸਿਆਂ ਨਾਲ ਨਾ ਬਰਗਰ ਖਾਣੇ ਚਾਹੀਦੇ ਮਰਜ਼ੀ ਆਪਣੀ ਦੇ ਮਰਜ਼ੀ ਨਾਲ ਜਿਹੜੀ ਪੱਥਰ ਪਾੜ ਅੱਖਰ ਮੈਂ ਤੁਹਾਨੂੰ ਇਹ ਗੱਲ ਸਿਰਫ ਕਹਿਣੀ ਚਾਹੁੰਦਾ ਵਾਂ ਵੀ ਜਿਹੜੇ ਸਮੋਸੇ ਤੁਸੀਂ ਛੱਡ ਕੇ ਆਏ ਜੇ ਨਾ ਇਹਦੇ ਵਾਸਤੇ ਤੈਨੂੰ ਵੀ ਅਤੇ ਉਸ ਦਾ ਤੈਨੂੰ ਵੀ ਦੁਰ ਫਿੜੇ ਵੋ ਤੁਸੀਂ ਬੜੇ ਮੂੰਹ ਰੰਗੇ ਕੀ ਗੱਲ ਜੇ ਮੇਰੇ ਤੇ ਰੰਗ ਪਿਆ ਨਾ ਤੇ ਫੇਰ ਵੇਖ ਲਿਓ ਤੈਨੂੰ ਵੀ ਤੇ ਤੈਨੂੰ ਮੇਰੀ ਗੱਲ ਸੁਣ ਤੈਨੂੰ ਮੈਂ ਲਕਸ਼ਾ ਕਿਦਾਂ ਗੱਲ ਦੱਸਾਂ ਤੇਰੀ ਗੱਲ ਦੱਸਾਂ ਇਹ ਨਾ ਮੈਨੂੰ ਕਹਿੰਦਾ ਸੀ ਨਾ ਪਾਰਟੀ ਕਰਨੀ ਆ ਆੜਵਾ ਇਹਦੀ ਗੁੰਗੜ ਦੇ ਕਿੱਡੀ ਹੈ ਪੁੱਤੇ ਵੀ ਆ ਗਈ ਇਹ ਕਹਿਣਾ ਸੀ ਨਾ ਕਹਿੰਦਾ ਪਾਰਟੀ ਕਰਨੀ ਹੈ ਨਾ ਅਸੀਂ ਉੱਥੇ ਕੇਕ ਦੱਸਿਆ ਅਸੀਂ ਲੰਗਰ ਛਕਿਆ ਗੱਲ ਸੁਣ ਮੇਰੀ ਜੇ ਰੰਗ ਪਾਇਆ ਨਾ ਮੇਰੇ ਤੇ ਅਜੇ ਸਮੋਸੇ ਖਾਣ ਲੱਗੇ ਨੰਗਣ ਹੀ ਨਾ ਓਏ ਹੋਏ ਮਾਰੀ ਚੱਲਿਆ ਸੀਗਾ ਜੇ ਕਿਤੇ ਮੈਂ ਦੋ ਸਮੋਸੇ ਖਾ ਲਏ ਤਾਂ ਨਹੀਂ ਮੇਰੇ ਤੇ ਰੰਗ ਨਾ ਪਾਇਓ ਬਸ ਜਿਹੜਾ ਭੱਜ ਜੇ ਬਈ ਮੁੰਡਿਓ ਚੱਪਲ ਲਾ ਕੇ ਓਏ ਕਿੰਨੇ ਦਾ ਆਇਆ ਰੰਗ ਕਿੰਨੇ ਦਾ ਆਇਆ ਵਾ ਓਏ ਚਾਚਾ ਮੇਰੇ ਤੇ ਨਾ ਪਏ ਬਸ ਠੀਕ ਹੈ ਨਾ ਓਏ 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 ਆਰਾਮ ਨਾਲ ਲਾਉਣਾ ਆਰਾਮ ਨਾਲ ਹਿਸਾਬ ਨਾਲ ਲਾਉਣਾ ਮੈਂ ਏਦਾਂ ਕਮੀਜ਼ਾਂ ਕਮੂਜ਼ਾਂ ਹੀ ਨਹੀਂ ਪਾਉਣਾ ਮੈਂ ਨਹਾਉਣਾ ਨਹੀਂ ਮੇਰੀ ਬਾਗੀ ਚੁੱਕ ਛੱਡੀ ਸਾਰੀ ਚੁੱਕਣੀ ਹੈ ਮਾਮਾ ਲੜਨ ਦੇ ਸਵਾਉਣ ਦੇ ਹਰਾਂਗੇ ਇੱਕ ਦੂਜੇ ਨੂੰ ਉਹ ਲੈ ਮਾਤਾ ਹੈਪੀ ਹੋਲੀ ਠੀਕ ਆ ਤੇ ਪਾ ਲਓ ਮਸਾ ਮਸਾ ਮਾਤਾ ਦੇ ਤਾਂ ਰੰਗ ਲਾਇਆ ਨੀ ਆਹ ਉੱਥੇ ਲਿਆ ਰੰਗ ਚੁੱਕੇ ਉੱਥੋਂ ਲਕਸ਼ਣ 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 ਲਕਸ਼ਣ
ओए फाले फाले ओ फोन भर गया फोन सारा चल हुण जा मेरी गल सुन चाचा मेरी गल सुन तू मेरा व्लॉग वेखिया जिहड़ा मैं कल पाया यार इदां तां नहीं कहना चाहिए मैं वेखिया मैं सारे दिखे नहीं जिहड़ा कल पाया है मैं व्लॉग पाऊंगा हुण मैं कल फिर पाउणा वा मतलब चलो खेडिये।